ਪੰਜਾਬ ਗਵਰਨਮੈਂਟ ਦੀਆਂ ਜਿਹੜੀਆਂ ਵੈਸੇ ਕੰਟੀਨਿਊਸ ਸਾਡਾ 24 ਘੰਟੇ ਇੱਥੇ ਨਾਕਾ ਹੁੰਦਾ। ਅਸੀਂ ਇਸ ਨਾਕੇ 'ਤੇ ਜਿਹੜੇ ਨਸ਼ਾ ਤਸਕਰਾਂ ਨੂੰ ਮੇਨ ਉਹਨਾਂ ਲਈ ਅਸੀਂ ਇਹ ਨਾਕਾਬੰਦੀ ਕੀਤੀ ਹੋਈ ਹੈ। ਪਰੰਤੂ ਹੁਣ ਜਿਹੜੀਆਂ ਪੰਜਾਬ ਗਵਰਨਮੈਂਟ ਵੱਲੋਂ ਕੋਵਿਡ ਦੇ ਰਿਗਾਰਡਿੰਗ ਵੀ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਉਹਦੇ ਵਿੱਚ ਅਸੀਂ ਮੈਡੀਕਲ ਟੀਮ ਨੂੰ ਵੀ ਅਸਿਸਟ ਕਰਦੇ ਹਾਂ, ਬਟ ਕੰਟੀਨਿਊ ਅਸੀਂ ਵੀ ਚੈੱਕ ਕਰਦੇ ਹਾਂ ਕਿ ਉਹਨਾਂ ਦੇ ਕੋਲ ਜਿਹੜਾ ਫੁੱਲੀ ਵੈਕਸੀਨੇਟਡ ਦਾ ਸਰਟੀਫਿਕੇਟ ਹੈ ਜਾਂ ਨਹੀਂ। ਜੇ ਫੁੱਲੀ ਵੈਕਸੀਨੇਟਡ ਦਾ ਸਰਟੀਫਿਕੇਟ ਨਹੀਂ ਤਾਂ ਅਸੀਂ ਇਸ ਕੰਸਰਨਡ ਜਿਹੜਾ ਆਫੀਸਰ ਨਾਲ ਤਾਲਮੇਲ ਕਰਕੇ, ਮੈਡੀਕਲ ਅਫਸਰਾਂ ਦੇ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਉੱਥੇ ਭੇਜ ਦਿੰਦੇ ਹਾਂ। ਉਹ ਫਿਰ ਉਹਨਾਂ ਦੀ ਚੈਕਿੰਗ ਕਰਕੇ ਜਾਂ ਫਰਦਰ ਐਕਸ਼ਨ ਲੈਂਦੇ। 24 ਘੰਟੇ ਨਾਕਾ ਹੁੰਦਾ ਸਾਡਾ ਇੱਥੇ ਤਕਰੀਬਨ 24 ਘੰਟੇ। ਕਿਤੇ ਕੋਈ ਐਮਰਜੈਂਸੀ ਹੋਵੇ ਤਾਂ ਸੈਪਰੇਟ ਇਸ਼ੂ ਹੈ, ਅਤੇ ਨਹੀਂ ਤਾਂ 24 ਘੰਟੇ ਨਾਕਾ ਜਿਹੜਾ ਹੈ ਲੱਗਾ। ਤਕਰੀਬਨ ਜਿਹੜੇ ਚੈੱਕ ਕੀਤੇ ਆ ਕੋਈ 70-80 ਬੰਦੇ ਜਿਹੜੇ ਸੀਗੇ ਉਹ ਜਿਨ੍ਹਾਂ ਨੇ ਨਹੀਂ ਲਵਾਈ ਸੀਗੀ ਉਹਨਾਂ ਦਾ ਉਹਨਾਂ ਨੇ ਮੈਡੀਕਲ ਟੀਮ ਨੇ ਚੈੱਕਅਪ ਕੀਤਾ ਹੈ। ਸਿਹਤ ਵਿਭਾਗ ਦੀ ਟੀਮ ਜਿਹੜੀ ਆ ਆਉਂਦੀ ਆ ਫਾਰ ਦੀ ਮੇਨ ਟਾਈਮ, ਉਸ ਤੋਂ ਬਾਅਦ ਚਲੀ ਜਾਂਦੀ ਹੈ। ਪੱਕੇ ਤੌਰ 'ਤੇ ਕੋਈ ਟੀਮ ਨਹੀਂ ਬੈਠੀ। ਅੱਗੇ ਹੋ ਸਕਦਾ ਮੇ ਬੀ ਅੱਗੇ ਵੀ ਨਾਕੇ ਲੱਗੇ ਹੋਣ ਜਿੱਥੇ ਜਿੱਥੇ ਬਾਰਡਰ ਆਏ, ਮੇਨ ਬਾਰਡਰ ਕਰਕੇ ਇੱਥੇ ਜਿਹੜਾ ਨਾਕਾ ਲਾਇਆ ਗਿਆ। ਲੋਕਾਂ ਨੂੰ ਅਸੀਂ ਅਵੇਅਰ ਵੀ ਕਰਦੇ ਹਾਂ ਵੀ ਇਹ ਜਿਹੜਾ ਵੈਕਸੀਨੇਸ਼ਨ ਲਵਾਓ, ਬਹੁਤ ਜ਼ਰੂਰੀ ਆ, ਤੁਹਾਨੂੰ ਪ੍ਰੋਬਲਮ ਆ ਸਕਦੀ ਆ। ਆਉਣ ਵਾਲਾ ਜਿਹੜਾ ਸਮਾਂ ਹੈ ਉਹ ਉਸ ਨੂੰ ਮੱਦੇਨਜ਼ਰ ਰੱਖਦੇ ਅਵੇਅਰ ਵੀ ਕਰਦੇ। ਉਹਨਾਂ ਨੂੰ ਅਸੀਂ ਕੰਸਰਨ ਡਾਕਟਰ ਨਾਲ ਤਾਲਮੇਲ ਕਰਕੇ ਉਹਨਾਂ ਕੋਲ ਭੇਜ ਦਿੰਦੇ, ਉਹ ਕਾ ਫਰਦਰ ਅੱਗੇ ਕਰ ਰਹੀ ਹੈ।